ਹੁਣ ਗੱਲ ਕਿਸਾਨਾਂ ਦੇ ਅੰਦੋਲਨ ਦੀ ਕਰਾਂਗੇ ਜਿਹੜਾ ਹਾਲੇ ਸ਼ੁਰੂ ਹੋਣਾ ਸੀ ਕੱਲ ਨੂੰ ਪਰ ਉਸ ਤੋਂ ਪਹਿਲਾਂ ਹੀ ਕਿਸਾਨਾਂ ਦੀ ਫੜੋਫੜਾਈ ਹੈ ਜਿਹੜੀ ਉਹ ਸਰਕਾਰ ਨੇ ਸ਼ੁਰੂ ਕਰ ਦਿੱਤੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਵੱਲੋਂ 22 ਅਗਸਤ ਤੋਂ ਯਾਨੀ ਕਿ ਕੱਲ ਤੋਂ ਚੰਡੀਗੜ੍ਹ ਵਿੱਚ ਧਰਨਾ ਲਾਉਣ ਦੇ ਕੀਤੇ ਐਲਾਨ ਤੋਂ ਬਾਅਦ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਅੱਜ ਅਖੀਰਲੇ ਦਿਨਾਂ ਕੇ ਭਾਜਣਾ ਪੈ ਗਈਆਂ ਭਾਵੇਂ ਪੰਜਾਬ ਸਰਕਾਰ ਨੇ ਕੱਲ ਐਤਵਾਰ ਨੂੰ ਕਿਸਾਨਾਂ ਦੇ ਵਫਦ ਨਾਲ ਮੀਟਿੰਗ ਵੀ ਕੀਤੀ ਪਰ ਕੋਈ ਹੱਲ ਨਹੀਂ ਨਿਕਲਿਆ ਕਿਸਾਨ ਇਹ ਦਰਨਾ ਲਾਉਣ ਤੇ ਲਗਾਤਾਰ ਉਸੇ ਤਰ੍ਹਾਂ ਡਟੇ ਹੋਏ ਸਨ ਕਿਉਂਕਿ ਸਰਕਾਰ ਨੇ ਜਿਹੜੀਆਂ ਮੰਗਾਂ ਕਿਸਾਨਾਂ ਦੀਆਂ ਸਨ ਉਹ ਨਹੀਂ ਮੰਨੀਆਂ ਇਸੇ ਕਰਕੇ ਫਿਰ ਪੰਜਾਬ ਪੁਲਿਸ ਨੇ ਅੱਜ ਤੜਕੇ ਤੋਂ ਹੀ ਕਿਸਾਨ ਲੀਡਰਾਂ ਦੇ ਘਰਾਂ ਵਿੱਚ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਕਿਸਾਨ ਤਾਂ ਹੁਣ ਮੰਨਦੇ ਨਹੀਂ ਤੇ ਹੁਣ ਸਾਨੂੰ ਉਹੀ ਹਥਿਆਰ ਹੈ ਜਿਹੜਾ ਉਹ ਫੜਨਾ ਪੈਣਾ ਹੈ ਜਿਸ ਦੇ ਨਾਲ ਕਿਸਾਨਾਂ ਨੂੰ ਡੱਕਿਆ ਜਾ ਸਕਦਾ ਹੈ ਹਾਲਾਂਕਿ ਕਿਸਾਨਾਂ ਦੇ ਤਿੱਖੇ ਰੋਧੀਆਂ ਤਸਵੀਰਾਂ ਫੇਰ ਸਾਹਮਣੇ ਆ ਗਈਆਂ ਨੇ ਕੱਲੋਂ ਧਰਨਾ ਸ਼ੁਰੂ ਹੋਣਾ ਸੀ ਪਰ ਅੱਜ ਪੂਰੇ ਪੰਜਾਬ ਤੇ ਹਰਿਆਣਾ 'ਚ ਧਰਨੇ ਲੱਗੇ ਇਸ ਦੌਰਾਨ ਪੰਜਾਬ ਪੁਲਿਸ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੀਨੀਅਰ ਲੀਡਰ ਸਰਵੰਤ ਸਿੰਘ ਬੰਦੇਰਸਣੇ ਦਰਜਨਾਂ ਲੀਡਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਦਕਿ ਹੋਰਨਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਘਰਾਂ ਵਿੱਚ ਵੀ ਛਾਪੇਮਾਰੀ ਕੀਤੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸੂਬਾ ਦਫਤਰ ਸਕੱਤਰ ਗੁਰਵਚਨ ਸਿੰਘ ਚੱਬੇ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਵੱਲੋਂ ਚੰਡੀਗੜ੍ਹ ਮੋਰਚੇ ਨੂੰ ਫੇਲ ਸਵਿੰਦਰ ਸਿੰਘ ਚਤਾਲਾ ਤੇ ਸਲਵਿੰਦਰ ਸਿੰਘ ਜਲੰਧਰ ਇਹਨਾਂ ਸਾਰਿਆਂ ਤੋਂ ਇਲਾਵਾ ਹੋਰਨਾਂ ਨੂੰ ਵੀ ਹਿਰਾਸਤ ਵਿੱਚ ਲਿਆ। ਉਹਨਾਂ ਨੇ ਦੱਸਿਆ ਕਿ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਬਰਾਂ ਦੇ ਘਰ ਨੂੰ ਵੀ ਪੁਲਿਸ ਨੇ ਘੇਰਾ ਪਾਇਆ ਤੇ ਸੂਬਾ ਆਗੂਆਂ ਸਮੇਤ ਸੈਂਕੜੇ ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ। ਸਬਰਾਂ ਨੂੰ ਉਹਨਾਂ ਦੇ ਘਰੇ ਹੀ ਪਿੰਡ ਸਬਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਐ ਦਰਅਸਲ ਜਥੇਬੰਦੀ ਦੇ ਵਰਕਰਾਂ ਨੇ ਸਬਰਾ ਦੀ ਅਗਵਾਈ ਦੇ ਵਿੱਚ ਅੱਜ ਇਲਾਕੇ ਚੋਂ ਵੱਡੇ ਕਾਫਲੇ ਦੇ ਰੂਪ ਚ ਚੰਡੀਗੜ੍ਹ ਲਈ ਰਵਾਨਾ ਹੋਣਾ ਸੀ ਅੱਜ ਸ਼ਾਮ ਨੂੰ ਰਾਤ ਤੱਕ ਚੰਡੀਗੜ੍ਹ ਪਹੁੰਚ ਜਾਣਾ ਸੀ ਤੇ ਤੜਕੇ ਇੱਥੇ ਮੋਰਚਾ ਸ਼ੁਰੂ ਹੋਣਾ ਸੀ ਪਰ ਪੁਲਿਸ ਨੇ ਤੜਕਸਾਰ ਹੀ ਕਿਸਾਨ ਲੀਡਰ ਸਬਰਾ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਜਿਵੇਂ ਹੀ ਵਰਕਰਾਂ ਨੂੰ ਸੂਚਨਾ ਮਿਲੀ ਤਾਂ ਉਹਨਾਂ ਨੇ ਪੁਲਿਸ ਦੀ ਕਾਰਵਾਈ ਦੇ ਖਿਲਾਫ ਸਬਰਾ ਦੇ ਰਹਿਾਇਸ਼ ਤੇ ਬਾਹਰ ਜਾ ਕੇ ਧਰਨਾ ਲਾ ਦਿੱਤਾ ਤੇ ਇਹਨਾਂ ਕਾਰਵਾਈਆਂ ਦੇ ਵਿਰੋਧ ਵਿੱਚ ਪੂਰੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਟੋਲ ਪਲਾਜ਼ਾਂ ਤੇ ਕਿਸਾਨਾਂ ਨੇ ਧਰਨੇ ਸ਼ੁਰੂ ਕਰ ਦਿੱਤੇ ਅਤੇ ਟੋਲ ਪਲਾਜ਼ੇ ਫਿਰ ਤੋਂ ਪਰਚੀ ਮੁਕਤ ਕਰਵਾ ਦਿੱਤੇ ਨੇ ਬੰਦੇ ਇਹਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਭਾਵੇਂ ਮੀਡੀਆ ਨੂੰ ਉਹਨਾਂ ਵੱਲੋਂ ਕੋਈ ਅਪਡੇਟ ਅੱਜ ਨਹੀਂ ਮਿਲ ਰਹੀ ਪਰ ਕੱਲ ਭੇਜਿਆ ਇੱਕ ਸੁਨੇਹਾ ਜ਼ਰੂਰ ਸੁਣਾ ਦਿੰਦੇ ਹਾਂ ਜਿੰਨਾ ਮੰਗਾਂ ਨੂੰ ਲੈ ਕੇ ਸੀ ਮੋਰਚਾ ਲਾਇਆ ਹੈਗਾ ਵਾ ਉਹਨਾਂ ਬਾਰੇ ਕੀ ਹੱਲ ਸਰਕਾਰ ਕੱਢਣਾ ਚਾਹੁੰਦੀ ਉੱਤੇ ਗੱਲ ਹੋ ਜਿਹਦੇ ਵਿੱਚ ਕੇਂਦਰ 50000 ਕਰੋੜ ਦਾ ਪੈਕੇਜ ਜਾਰੀ ਕਰੇ ਜਿਹੜੇ ਘੱਗਰ ਸਮੇਤ ਜਿਹੜਾ ਸਾਰੇ ਦਰਿਆਵਾਂ ਦੇ ਪ੍ਰੋਜੈਕਟ ਹੈ ਉਹਨਾਂ ਨੂੰ ਕਿਵੇਂ ਮਜ਼ਬੂਤ ਕਰਨਾ ਉਹਨਾਂ ਦੀ ਗੱਲ ਹੋਵੇ ਜਿਹੜੇ ਹਾਰਡ ਭੀੜਤਿਆ ਉਹਨਾਂ ਨੂੰ 50000 ਪ੍ਰਤੀ ਕਿੱਲਾ ਮਾਪਜਾ ਜਾਨੀ ਨੁਕਸਾਨ ਔਰ ਇਹਦੋਂ ਦਾ ਪਸ਼ੂਆਂ ਦਾ ਨੁਕਸਾਨ ਰੇਤਾ ਬਜਰੀ ਜਿਹਨਾਂ ਦੇ ਖੇਤਾਂ ਵਿੱਚ ਪਰਕੇ ਇਤਿਹਾਤ ਮੁੱਦੇ ਹੱਲ ਕਰਾਉਣੇ ਔਰ ਇਹਦੋਂ ਵੱਡੀ ਗੱਲ ਐਮਐਸਪੀ ਗਰੰਟੀ ਕਾਨੂੰਨ ਨਰੇਗਾ 2 200 ਦਿਨ ਚਲਾਉਣਾ ਤੇ ਚੰਡੀਗੜ੍ਹ ਸਵੇਰ ਜਿਹੜੇ ਦਿੱਲੀ ਵਾਲੇ ਕੇਸ ਪਏ ਹੋਏ ਨੇ ਉਹ ਸਾਰੇ ਦੇ ਸਾਰੇ ਸ਼ਹੀਦਪੁਰਾਂ ਦਾ ਮੁਆਵਜ਼ਾ ਇਹ ਹੱਲ ਕਰਾਉਣ ਦੀਆਂ ਮੁੱਖ ਮੰਗਾਂ ਹੈਗੀਆਂ ਵਾ ਇਸ ਦੌਰਾਨ ਸੰਗਰੂਰ ਦੇ ਲੋਂਗੋਵਾਲ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਪੁਲਿਸ ਦੇ ਵੱਲੋਂ ਜਦੋਂ ਕਿਸਾਨ ਲੀਡਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਕਿਸਾਨਾਂ ਦੇ ਵੱਲੋਂ ਵਿਰੋਧ ਸ਼ੁਰੂ ਕੀਤਾ ਗਿਆ ਤਾਂ ਕਿਸਾਨ ਜਥੇਬੰਦੀਆਂ ਤੇ ਪੁਲਿਸ ਦੇ ਵਿਚਾਲੇ ਝੜਪ ਹੋ ਗਈ ਸਰਨ ਇੱਕ ਬਜ਼ੁਰਗ ਕਿਸਾਨ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਦਾ ਪੈਰ ਲੱਤ ਨਾਲੋਂ ਬਿਲਕੁਲ ਹੀ ਵੱਖ ਹੋ ਗਿਆ ਸੀ ਤੇ ਇਲਾਜ ਦੌਰਾਨ ਕਿਸਾਨ ਦੀ ਮੌਤ ਹੋ ਚੁੱਕੀ ਹੈ ਮ੍ਰਿਤਕ ਬਜ਼ੁਰਗ ਕਿਸਾਨ ਦੀ ਪਛਾਣ ਪ੍ਰੀਤਮ ਸਿੰਘ ਵਜੋਂ ਹੋਈ ਹੈ ਖਬਰਾਂ ਪੜੇ ਜਾਂਤ ਕਪੌਲਿਸ ਨੇ ਜਾਂ ਹਸਪਤਾਲ ਨੇ ਕਿਸਾਨ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਸੀ ਪਰ ਸਾਨੂੰ ਜਾਣਕਾਰੀ ਮਿਲੀ ਹੈ ਕਿ ਕਿਸਾਨ ਦੀ ਮੌਤ ਹੋ ਚੁੱਕੀ ਹੈ ਪੁਖਤਾ ਜਾਣਕਾਰੀ ਮਿਲੀ ਹੈ ਦੋਨਾਂ ਤਰਾਂ ਦੀ ਇਸ ਝੜਪ ਦੇ ਵਿੱਚ ਕਿਸਾਨ ਦੇ ਨਾਲ ਨਾਲ ਪੁਲਿਸ ਵਾਲਾ ਵੀ ਕਹਿੰਦੇ ਜ਼ਖਮੀ ਹੋਇਆ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਦੀਤ ਸਿੰਘ ਡੱਲੇਵਾਲ ਤੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਸਰਕਾਰ ਦੀ ਨਲੈਕੀ ਕਾਰਨ ਪੰਜਾਬ ਦੇ ਵਿੱਚ ਆਏ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਬਜਾਏ ਲੋਕਾਂ ਨੂੰ ਪੰਜਾਬ ਸਰਕਾਰ ਗ੍ਰਿਫਤਾਰ ਕਰ ਰਹੀ ਹੈ। ਲੋਕਾਂ ਦੀ ਆਵਾਜ਼ ਬੰਦ ਕਰਨ ਲਈ ਤਾਨਾਸ਼ਾ ਰਵਈਆ ਅਪਣਾਇਆ ਜਾ ਰਿਹਾ ਹੈ ਸੰਵਧਾਨ ਦੀਆਂ ਧੱਜੀਆਂ ਉਡਾਉਂਦੇ ਹੋਏ ਕਿਸਾਨ ਲੀਡਰਾਂ ਨੂੰ ਗ੍ਰਿਫਤਾਰ ਕਰਕੇ ਥਾਣਿਆਂ 'ਚ ਬੰਦ ਕਰ ਦਿੱਤਾ ਗਿਆ ਤਾਂ ਜੋ ਲੋਕ ਆਪਣੇ ਹੱਕਾਂ ਲਈ ਸੰਵਧਾਨ 'ਚ ਮਿਲੇ ਅਧਿਕਾਰਾਂ ਤਹਿਤ ਪ੍ਰੋਟੈਸਟ ਕਰਕੇ ਆਪਣੀ ਆਵਾਜ਼ ਗੁੰੰਗੀ ਬੋਲੀ ਸਰਕਾਰ ਤੱਕ ਨਾ ਪਹੁੰਚਾ ਸਕਣ ਕਾਲੂ ਸ਼ੁਰੂ ਹੋਣ ਵਾਲੇ ਧਰਨੇ ਤੋਂ ਇੱਕ ਦਿਨ ਪਹਿਲਾਂ ਅੱਜ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੂੰ ਗ੍ਰਿਫਤਾਰ ਕਰਨ ਦੀ ਅਧਿਆਪਕ ਜਥੇਬੰਦੀ ਡੈਮੋਕਰੈਟਿਕ ਟੀਚਰਸ ਫਰੰਟ ਨੇ ਵੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਇਹਨਾਂ ਕਿਹਾ ਕਿ ਪੰਜਾਬ ਦੇ ਲੋਕ ਸਰਕਾਰ ਦੇ ਇਸ ਦਮਨਕਾਰੀ ਰੁਖ ਦਾ ਮੂੰਹ ਮੋੜਵਾ ਜਵਾਬ ਦੇਣਗੇ ਸੋ ਹੁਣ ਦੱਸ ਦਿੰਦੇ ਹਾਂ ਕਿ ਕਿਸਾਨਾਂ ਦੀਆਂ ਆਖਿਰਕਾਰ ਉਹ ਕਿਹੜੀਆਂ ਮੰਗਾਂ ਨੇ ਜਿਹੜੀਆਂ ਸਰਕਾਰ ਨਹੀਂ ਮੰਨ ਰਹੀ ਇਸ ਕਰਕੇ ਇੰਨਾ ਕੁਸ਼ ਹੋ ਰਿਹਾ ਹੈ ਤੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਸਿਰਫ ਸੂਬਾ ਸਰਕਾਰ ਤੋਂ ਨਹੀਂ ਸੈਂਟਰ ਸਰਕਾਰ ਤੋਂ ਵੀ ਨੇ ਪਹਿਲੀ ਮੰਗ ਹੈ ਕਿ ਸੈਂਟਰ ਸਰਕਾਰ ਹੜ੍ਹਾਂ ਨਾਲ ਨੁਕਸਾਨੇ ਪੰਜਾਬ ਨੂੰ 50 ਹਜ਼ਾਰ ਕਰੋੜ ਦਾ ਰਾਹਤ ਪੈਕੇਜ ਦੇਵੇ ਦੂਸਰੀ ਮੰਗ ਹੈ ਸਰਕਾਰ ਕਾ ਗਰਦਰੀਆ ਪਲਾਨ ਮੁਤਾਬਕ ਸਾਰੇ ਦਰਿਆਵਾਂ ਦਾ ਪੱਕਾ ਹੱਲ ਕਰੇ ਹੜ੍ਹਾਂ ਨਾਲ ਮਾਰੀਆਂ ਫਸਲਾਂ ਦਾ 50000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਮੁਆਵਜ਼ਾ ਮਿਲੇ ਇਸ ਸਬਬਾ ਸਰਕਾਰ ਤੋਂ ਮੰਗ ਹੈ ਮਾਰੇ ਗਏ ਪਸ਼ੂਤਾਂ ਦਾ 1 ਲੱਖ ਟਹਿ ਚੁੱਕੇ ਘਰਾਂ ਦਾ 5 ਲੱਖ ਤੇ ਜਾਨੀ ਨੁਕਸਾਨ ਦਾ ਪਰਿਵਾਰ ਨੂੰ 10 ਲੱਖ ਮੁਆਵਜ਼ਾ ਦਿੱਤਾ ਜਾਵੇ ਜਿੰਨਾ ਖੇਤਾਂ ਵਿੱਚ ਰੇਤਾਂ ਭਰ ਗਿਆ ਉਹਨਾਂ ਲਈ ਮਾਈਨਿੰਗ ਦਾ ਪ੍ਰਬੰਧ ਕੀਤਾ ਜਾਵੇ ਪ੍ਰਭਾਵਿਤ ਹੋਏ ਬੋਰਵੈਲ ਦੇ ਸਾਰੇ ਖਰਚੇ ਦਾ ਪ੍ਰਬੰਧ ਤੇ ਹੜ੍ਹਾਂ ਨਾਲ ਵਹਿ ਗਏ ਖੇਤਾਂ ਲਈ ਵਿਸ਼ੇਸ਼ ਪੈਕੇਜ ਦਾ ਪ੍ਰਬੰਧ ਕੀਤਾ ਜਾਵੇ ਖੜਾ ਦੀ ਮਾਰ ਹੇਠਾ ਇਹ ਲੋਕਾਂ ਦੇ 1 ਸਾਲ ਦੇ ਲਈ ਸਾਰੇ ਕਰਜ਼ੇ ਤੇ ਵਿਆਜ ਦਰਾਂ ਮਾਫ ਕੀਤੀਆਂ ਜਾਣ ਕੇਂਦਰ ਸਰਕਾਰ ਸਾਰੀਆਂ ਫਸਲਾਂ ਦਾ ਐਮਐਸਪੀ ਗਰੰਟੀ ਕਾਨੂੰਨ ਤੁਰੰਤ ਬਣਾ ਕੇ ਲਾਗੂ ਕਰੇ ਅਗਲੀ ਮੰਗ ਹੈ ਕਿ ਹੜਪੀੜੇ ਤੇ ਇਲਾਕਿਆਂ ਦੇ ਵਿੱਚ ਮਨਰੇਗਾ ਸਕੀਮ ਤੁਰੰਤ ਚਾਲੂ ਕੀਤੀ ਜਾਵੇ ਇਸ ਤਹਿਤ ਹਰ ਸਾਲ 200 ਦਿਨਾਂ ਤੋਂ ਵੱਧ ਕੰਮ ਦਿੱਤਾ ਜਾਵੇ ਦਿੱਲੀ ਮੋਰਚੇ ਦੌਰਾਨ ਚੰਡੀਗੜ੍ਹ ਦੇ ਨੌਜਵਾਨਾਂ ਸਮੇਤ ਸਾਰੇ ਸੂਬਿਆਂ ਦੇ ਕਿਸਾਨਾਂ ਮਜ਼ਦੂਰਾਂ ਤੇ ਪੁਲਿਸ ਅਤੇ ਰੇਲਵੇ ਪੁਲਿਸ ਵੱਲੋਂ ਪਾਏ ਸਾਰੇ ਕੇਸ ਰੱਦ ਕੀਤੇ ਜਾਣ ਸੋ ਇਹ ਕਿਸਾਨਾਂ ਦੀਆਂ ਮੰਗਾਂ ਨੇ ਜਿਨ੍ਹਾਂ ਨੂੰ ਕਿਸਾਨ ਜਾਇਜ਼ ਦੱਸਦੇ ਨੇ ਜੇ ਕਹਿੰਦੇ ਮੰਗਾ ਨਹੀਂ ਤੁਸੀਂ ਸਾਡੀਆਂ ਮੰਨਦੇ ਅਸੀਂ ਦਹਾਕਿਆਂ ਤੋਂ ਵਿਲਕ ਰਹੇ ਹਾਂ ਤੇ ਫਿਰ ਸਾਨੂੰ ਮੋਰਚਾ ਲਾਉਣ ਲਈ ਮਜਬੂਰ ਹੋਣਾ ਪਊਗਾ ਸੋ ਕੱਲ ਨੂੰ ਹੁਣ ਕੀ ਬਣੂਗਾ ਮੋਰਚੇ ਮੋਰਚਾ ਲਾਉਣ ਦੇ ਲਈ ਕਿਸਾਨ ਪਹੁੰਚਣਗੇ ਕਿੰਨੀ ਵੱਡੀ ਗਣਤੀ ਵਿੱਚ ਪਹੁੰਚਣਗੇ ਜਾਂ ਫਿਰ ਨਹੀਂ ਪਹੁੰਚਣਗੇ ਉਹਨਾਂ ਨੂੰ ਰਾਹ ਚ ਰੋਕਿਆ ਜਾਊਗਾ ਚੰਡੀਗੜ੍ਹ ਪਹੁੰਚਣ ਦਿੱਤਾ ਜਾਊਗਾ ਜਾਂ ਨਹੀਂ ਕਿਸਾਨ ਲੀਡਰ ਛੱਡੇ ਜਾਣਗੇ ਰਸਤੇ ਚੋਂ ਨਹੀਂ ਬਹੁਤ ਸਾਰੇ ਸਵਾਲ ਨੇ ਜਨਨ ਦੇ ਜਵਾਬ ਆਪਾਂ ਨੂੰ ਮਿਲਦੇ ਰਹਿਣਗੇ ਕਿਰਤੀ ਕਿਸਾਨ ਯੂਨੀਅਨ ਨੇ ਟਾਰੀਵਾਗਾ ਸਰਹਾਦ ਦਿੱਤੇ ਹੁਸੈਨੀਵਾਲਾ ਸੜਕੀ ਲਾਂਘੇ ਰਾਹੀਂ ਭਾਰਤ ਪਾਕਿਸਤਾਨ ਵਪਾਰ ਖੋਲਣ ਦੀ ਜ਼ੋਰਦਾਰ ਮੰਗ ਕੀਤੀ ਹੈ ਜਥੇਬੰਦੀ ਨੇ ਇਸ ਮੰਗ ਨੂੰ ਲੈ ਕੇ 18 ਸਤੰਬਰ ਨੂੰ ਟਾਰੀ ਵਿੱਚ ਅਤੇ 20 ਸਤੰਬਰ ਨੂੰ ਹੁਸੈਨੀਵਾਲਾ ਵਿਖੇ ਅਤੇ ਸੂਬੇ ਦੇ ਜਲੰਧਰ ਨਵਾਂ ਸ਼ਹਿਰ ਹੁਸ਼ਿਆਰਪੁਰ ਲੁਧਿਆਣਾ ਪਟਿਆਲਾ ਅਤੇ ਮੋਗਾ ਜ਼ਿਲ੍ਹਿਆਂ ਦੇ ਵਿੱਚ ਕਾਨ ਜਥੇਬੰਦੀ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਹੀ ਇਹ ਐਲਾਨ ਕੀਤਾ ਜਿਸ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਅਰਪਾ ਸਿੰਘ ਢੁੱਡੀਕੇ ਤੋਂ ਇਲਾਵਾ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਹੋਰ ਸੂਬਾਈ ਟੀਮ ਦੇ ਮੈਂਬਰ ਸ਼ਾਮਲ ਸਨ ਯੂਨੀਅਨ ਨੇ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਇਹਨਾਂ ਸੜਕੀ ਰਾਹਾਂ ਰਾਹੀਂ ਵੀਜ਼ਾ ਸ਼ਰਤਾਂ ਨੂੰ ਖਤਮ ਕਰਕੇ ਪਾਕਿਸਤਾਨ ਤੱਕ ਆਪਣੀ ਉਪਜ ਵੇਚਣ ਦੀ ਖੁੱਲ੍ਹ ਹੈ ਜਿਹੜੀ ਉਹ ਦੇਣੀ ਚਾਹੀਦੀ ਹੈ ਸੋ ਇਹ ਮੰਗ ਹੈ ਜਿਹੜੀ ਹੁਣ ਵੱਡੇ ਤਰੀਕੇ ਦੇ ਨਾਲ ਉੱਠਣ ਲੱਗੀ ਹੈ ਤੇ ਇਸ ਮੰਗ ਨੂੰ ਸਰਕਾਰ ਕਿੰਨੀ ਕੁ ਗੰਭੀਰਤਾ ਦੇ ਨਾਲ ਲੈਂਦੀ ਹੈ ਇਹ ਤਾਂ ਹੁਣ ਸਰਕਾਰ ਹੀ ਜਾਣਦੀ ਹੈ ਕਿੰਨੀ ਕੁ ਗੰਭੀਰਤਾ ਦੇ ਨਾਲ ਹੁਣ ਤੱਕ ਲਿਆ ਇਹ ਵੀ ਆਪਾਂ ਸਾਰੇ ਜਾਣ ਚੁੱਕੇ ਆ ਅ ਇਸ ਦੇ ਨਾਲ ਹੀ ਜਿਹੜੇ ਸੰਗਰੂਰ ਤੋਂ ਐਮਪੀ ਨੇ ਤੇ ਸ਼੍ਰੋਮਣੀ ਕਾਲੇ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਉਹ ਵੀ ਲਗਾਤਾਰ ਭਾਰਤ ਤੇ ਪਾਕਿਸਤਾਨ ਦਰਮਿਆਨ ਸੜਕੀ ਵਪਾਰ ਖੋਲਣ ਦੀ ਮੰਗ ਕਰਦੇ ਹੀ ਰਹਿੰਦੇ ਨੇ ਤਾਂ ਜੋ ਪੰਜਾਬ ਦੇ ਕਿਸਾਨ ਖੁਸ਼ਹਾਲ ਹੋ ਸਕਣ